ਅਮਰ ਸ਼ਹੀਦ ਸਰਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਉਹਨਾਂ ਦੇ 25ਵੇਂ ਸ਼ਹੀਦੀ ਸਮਾਗਮ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਗੁਰੂ ਪੰਥ ਖਾਲਸਾ ਜੀ, ਸਭ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਇਹਨਾਂ ਸ਼ਹੀਦਾਂ ਨੂੰ ਕੀ ਲੋੜ ਪੈ ਗਈ ਸੀ ਘਰ ਬਾਰ ਛੱਡ ਕੇ, ਕਾਲੀਆਂ ਰਾਤਾਂ ਦੇ ਨਾਲ ਸਾਂਝ ਪਾ ਕੇ ਆਪਣੀ ਜ਼ਿੰਦਗੀ ਨੂੰ ਇਸ ਰਾਹ 'ਤੇ ਤੋਰਨ ਦੀ। ਡਾਕਟਰ ਇਕਬਾਲ ਦਾ ਲਿਖਿਆ ਹੋਇਆ ਇੱਕ ਸ਼ੇਅਰ, ਉਹਦੀ ਲਿਖੀ ਹੋਈ ਇੱਕ ਨਜ਼ਮ ਇਸ ਦੇਸ਼ ਦੀ ਕੌਮੀ ਤਰਾਨਾ ਬਣੀ ਅਤੇ ਹਰੇਕ ਨੂੰ ਉਹ ਚੇਤੇ ਵੀ ਹੈ। ਉਹਨੇ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੀ ਇਹ ਗੁਲਸਿਤਾ ਹਮਾਰਾ। ਪਰ ਕੀ ਕਾਰਨ ਬਣਿਆ ਵੀ ਉਹੀ ਬੰਦਾ ਜਿਹੜਾ ਕਿਸੇ ਸਮੇਂ ਇਸ ਦੇਸ਼ ਨੂੰ ਇਹਨਾਂ ਲਫ਼ਜ਼ਾਂ ਦੇ ਨਾਲ ਸੰਬੋਧਨ ਕਰਦਾ ਸੀ ਅਤੇ ਉਹਨੂੰ ਇਹ ਲਿਖਣ 'ਤੇ ਮਜਬੂਰ ਹੋਣਾ ਪਿਆ। ਮੁੱਦਤੇ ਬੀਤੀ ਹੈ ਰੰਜੋ ਗਮ ਸਹਿਤੇ ਹੋਏ, ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋਏ। ਕਿਉਂ? ਉਹਦੇ ਨਾਲ ਵਧੀਕੀਆਂ ਹੋਈਆਂ, ਇਹੀ ਵਧੀਕੀਆਂ ਸਿੱਖ ਕੌਮ ਦੇ ਨਾਲ ਹੋਈਆਂ। ਵਾਅਦੇ ਹੋਏ ਇਹ ਸਾਰੇ ਮੁਕਰੇ ਤੇ ਕੌਮ ਇਸ ਰਾਹ 'ਤੇ ਤੁਰਨ ਵਾਸਤੇ ਇਹਨਾਂ ਨੇ ਮਜਬੂਰ ਕੀਤੀ ਤੇ ਉਹਨਾਂ ਕੌਮੀ ਪ੍ਰਵਾਨਿਆਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕੀਤਾ। ਧੰਨ ਜੀਉ ਤਿਹਕੋ ਜਗ ਮੈਂ ਮੁਖ ਤੇ, ਹਰ ਚਿੱਤ ਮੈਂ ਯੁੱਧ ਵਿਚਾਰੇ, ਦੇਹ ਅਨਿੱਤ ਨਾ ਨਿੱਤ ਰਹੇ, ਜਸ ਨਾਵ ਚੜੈ ਭਵ ਸਾਗਰ ਤਾਰੇ। ਇਸ ਮਾਰਗ 'ਤੇ ਉਹ ਚੱਲੇ। ਏਥਨਜ ਦਾ ਮਹਾਨ ਫਿਲਾਸਫਰ ਸੁਕਰਾਤ ਉਹ ਇਹ ਗੱਲ ਲਿਖਦਾ ਹੈ ਵੀ ਜਿਸ ਇਲਾਕੇ ਦੇ ਵਿੱਚ ਬਾਗੀ ਜ਼ਿਆਦਾ ਹੋਵਣ, ਹਕੂਮਤਾਂ ਜਿਨ੍ਹਾਂ ਨੂੰ ਆਤੰਕਵਾਦੀ ਖਿਤਾਬ ਦਿੰਦੀਆਂ ਨੇ, ਕਹਿੰਦਾ ਇਹ ਸਿੱਧੀ ਗੱਲ ਇਹ ਹੈ ਕਿ ਉੱਥੋਂ ਦੀ ਹਕੂਮਤ ਦੇ ਕੋਲੋਂ ਉਹਨਾਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਤਾਂ ਹਕੂਮਤ ਦੇ ਖਿਲਾਫ਼ ਉਹਨਾਂ ਦੀ ਬਾਗੀਆਨਾ ਬਿਰਤੀ ਪੈਦਾ ਹੋਈ। ਉਹ ਲਿਖਦਾ ਹੈ 6 ਮਹੀਨਿਆਂ ਦਾ ਸਮਾਂ ਜੇ ਕਿਸੇ 'ਤੇ ਵਧੀਕੀ ਹੋਵੇ, 6 ਮਹੀਨੇ ਕੋਈ ਜ਼ਰੂਰਗਾ ਖੰਘੂਰਾ ਮਾਰਨੇ ਕੋਈ ਕੋਲੋਂ ਦੀ ਲੰਘੇ, 1 ਦਿਨ 2 ਦਿਨ 4 ਦਿਨ ਵਾਰ ਵਾਰ ਨਹੀਂ। ਪਰ ਇਹ ਗੱਲ ਸਿੱਖ ਕੌਮ ਨੇ 6 ਮਹੀਨੇ ਨਹੀਂ, ਕਈ ਸਾਲ ਬਤੀਤ ਕੀਤੇ ਇਹਨਾਂ ਦੀਆਂ ਵਧੀਕੀਆਂ ਦੇ ਅਤੇ ਸੁਕਰਾਤ ਨੂੰ ਆਪਾਂ ਕਹਿ ਸਕਦੇ ਹਾਂ, ਸੁਕਰਾਤ ਤੇਰੀ ਲਿਖੀ ਹੋਈ ਗੱਲ ਉਹ ਝੂਠੀ ਸਾਬਤ ਹੋਈ, ਕਿਉਂਕਿ 6 ਮਹੀਨੇ ਨਹੀਂ, ਕਈ ਸਾਲ 35 ਸਾਲ ਤੋਂ ਵੱਧ ਕੌਮ ਨੇ ਇਹਨਾਂ ਦੀ ਵਧੀਕੀਆਂ ਨੂੰ ਸਹਾਰਿਆ ਅਤੇ ਇਸ ਰਾਹ ਨੂੰ ਫਿਰ ਕੌਮੀ ਪ੍ਰਵਾਨਿਆਂ ਨੇ ਅਪਣਾਇਆ। ਪਹਿਲੋਂ ਸੰਤ ਹੈ ਫਿਰ ਸਿਪਾਹੀ ਹੈ, ਪਹਿਲੋਂ ਇਬਾਦਤ ਹੈ ਫਿਰ ਸ਼ਹਾਦਤ ਹੈ। ਉਹਨਾਂ ਕੌਮੀ ਪ੍ਰਵਾਨਿਆਂ ਨੇ ਇਸ ਰਾਹ 'ਤੇ ਚੱਲ ਕੇ ਆਪਣਾ ਆਪ ਕੁਰਬਾਨ ਕੀਤਾ ਹੈ। ਉਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆ ਕਵੀ ਦੀਆਂ ਲਿਖੀਆਂ ਤੁਗਾਂ ਨੇ, ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ ਮੈਂ, ਜਿੰਨੀ ਰਾਹੀਂ ਆਏ ਨੇ ਸ਼ਹੀਦ ਮੇਰੀ ਕੌਮ ਦੇ, ਵਾਰੇ ਵਾਰੇ ਜਾਵਾਂ ਅੱਜ ਉਹਨਾਂ ਸਿੱਖ ਮਾਵਾਂ ਉੱਤੋਂ, ਜਿੰਨੇ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ। ਫਾਂਸੀ ਸੂਲੀ ਚਰਖੜੀ ਤੇ ਆਰਿਆਂ ਦੇ ਦੰਦੇ ਤੱਕ ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ, ਭੁੱਲਦਾ ਨਾ ਚੇਤਾ ਉਹਨਾਂ ਕੌਮੀ ਪ੍ਰਵਾਨਿਆਂ ਦਾ ਜਿਹੜੇ ਹੱਸ ਹੱਸ ਕਦੇ ਜੰਡਾਂ ਨਾਲ ਸੜੇ ਨੇ, ਬੀਟੀ ਦੀਆਂ ਡਾਂਗਾਂ ਤੇ ਛਵੀਆਂ ਦੇ ਵਾਰ ਹੇਠਾਂ 100-100 ਮਨਸੂਰ ਇੱਕੋ ਵਾਰ ਸੂਲੀ ਚੜੇ ਨੇ, ਜ਼ਿੰਦਗੀ ਦਾ ਗੀਤ ਗਾਉਂਦੇ ਮੌਤ ਦੀ ਦਹਿਲੀਜ਼ ਉੱਤੇ, ਖੋਪੜੀ ਦੇ ਕੱਠ ਜਿਨ੍ਹਾਂ ਹੱਥਾਂ ਵਿੱਚ ਫੜੇ ਨੇ, ਆਂਦਰਾਂ ਦੀ ਪੀਂਘ ਉਹਨਾਂ ਝੂਟੀ ਕੁਲਵੰਤ ਸਿੰਘਾਂ, ਸੀਸ ਰੱਖ ਤਲੀ ਗਲੀ ਯਾਰ ਦੀ ਜੋੜੀ। ਤੇ ਉਹ ਮਹਾਨ ਕੌਮੀ ਸੂਰਮਾ ਸੀ, ਸੀਸ ਤਲੀ ਤੇ ਰੱਖ ਕੇ ਜਿਹੜਾ ਇਸ ਰਾਹ ਤੇ ਚੱਲ ਕੇ ਆਪਣੇ ਆਪ ਨੂੰ ਕੁਰਬਾਨ ਕਰ ਗਿਆ, ਉੱਚੇ ਸੁੱਚੇ ਸਿਧਾਂਤਾਂ ਤੇ ਪਹਿਰਾ ਦੇ ਕੇ ਆਪਣੇ ਜੀਵਨ ਨੂੰ ਸਫਲ ਕੀਤਾ। ਉਹਨਾਂ ਸਮੂਹ ਕੌਮੀ ਪ੍ਰਵਾਨਿਆਂ ਨੇ ਕੋਟਾਂ ਕੋਟ ਸਿਜਦਾ ਹੈ, ਆਓ ਗੁਰਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।